अगे वधदे हां ते गल करदे हां हुशियारपुर तों दिल कंबाऊ घटना सामने आई है जिते दोहते ने अपनी ही नानी दा कतल कर दिता। जो यहां अपने दोस्तां दे नाल मिल के लुट दी नीयत नाल मौत दे घाट अपनी ही नानी नूं उतार दिता गया। पुलिस ने हालांकि समान चोरी करदिया होया चार मुलजमां नूं काबू भी कर लिया। पिंड खानपुर थियाणा दी इह घटना दसी जा रही है। पति दी मौत तों बाद मृतका घर दे विच अकेली ही रहिंदी सी, यानी कि नाने दी मौत होण तों बाद ਇਹ ਨਾਨੀ ਆਪਣੇ ਘਰ ਦੇ ਵਿੱਚ ਇਕੱਲੀ ਹੀ ਰਹਿੰਦੀ ਸੀ ਤਾਂ ਜਿਸ ਤੋਂ ਬਾਅਦ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ। ਹੁਸ਼ਿਆਰਪੁਰ ਤੋਂ ਬੇਹੱਦ ਜ਼ਿਆਦਾ ਦਿਲ ਨੂੰ ਕਬਾਉਣ ਵਾਲੀ ਖਬਰ। ਹਾਲਾਂਕਿ ਬਹੁਤ ਵਾਰ ਹੁੰਦਾ ਹੈ ਕਿ ਨਾਨੀ ਅਤੇ ਦੋਤਿਆਂ ਦਾ ਬਹੁਤ ਜ਼ਿਆਦਾ ਪ੍ਰੇਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ, ਬਹੁਤ ਜ਼ਿਆਦਾ ਪ੍ਰੇਮ ਦੀ ਗੱਲਾਂ ਹੁੰਦੀਆਂ ਨੇ, ਪਰ ਦੋਤੇ ਨੇ ਆਪਣੀ ਹੀ ਨਾਨੀ ਦਾ ਕਤਲ ਕਰ ਦਿੱਤਾ ਹੈ। ਆਪਣੇ ਦੋਸਤਾਂ ਦੇ ਨਾਲ ਮਿਲ ਕੇ ਲੁੱਟ ਦੀ ਨੀਅਤ ਨਾਲ ਮੌਤ ਦੇ ਘਾਟ ਉਤਾਰਿਆ ਹੈ। ਪੁਲਿਸ ਨੇ ਹਾਲਾਂਕਿ ਸਮਾਨ ਚੋਰੀ ਕਰਦਿਆਂ ਹੋਇਆਂ ਚਾਰ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ। ਪਿੰਡ ਖਾਨਪੁਰ ਥਿਆਣਾ ਦੀ ਇਹ ਘਟਨਾ ਹੈ। ਪਤੀ ਦੀ ਮੌਤ ਤੋਂ ਬਾਅਦ ਮ੍ਰਿਤਕਾ ਘਰ ਦੇ ਵਿੱਚ ਇਕੱਲੀ ਹੀ ਰਹਿੰਦੀ ਸੀ। ਵਾਕਈ ਬੇਹੱਦ ਜ਼ਿਆਦਾ ਦਰਦਨਾਕ ਘਟਨਾ।